ਗਾਇਸ ਵੈਲਕਮ ਟੂ ਸਾਡੇ ਇੱਕ ਨਵੇਂ ਸਾਡੇ ਤੁਹਾਡਾ ਸਾਡੇ ਨਵੇਂ ਵਲੋਗ 'ਚ ਇੱਕ ਯਾਰ ਕਿਆ ਕਹਿਣਾ ਹੈ। ਹੈਲੋ ਗਾਇਸ, ਤੁਹਾਡਾ ਸਵਾਗਤ ਹੈ ਸਾਡੇ ਨਵੇਂ ਯੂਟਿਊਬ ਚੈਨਲ 'ਤੇ। ਅਤੇ ਅੱਜ ਯੂਟਿਊਬ ਚੈਨਲ ਦਾ ਪਹਿਲਾ ਵਲੋਗ ਹੈ ਅਤੇ ਅੱਜ ਆਪਾਂ ਆਏ ਗੱਡੀ ਡਰਾਈ ਕਲੀਨ ਕਰਾਉਣ। ਸਾਡਾ ਆਪਾਂ ਪੁਰਾਣਾ ਯੂਟਿਊਬ ਚੈਨਲ ਤਾਂ ਬੰਦ ਕਰਤਾ ਕਿਉਂਕਿ ਉਹ 6-7 ਸਾਲ ਪੁਰਾਣਾ ਤਾ, ਹੁਣ ਆਪਾਂ ਨੇ ਨਵਾਂ ਬਣਾਇਆ। ਮੈਂ ਪਰਸੋਂ ਹੀ ਨਵਾਂ ਬਣਾਇਆ। ਤੁਹਾਨੂੰ ਲਿੰਕ ਇੰਸਟਾਗ੍ਰਾਮ ਵਾਲਿਆਂ ਨੂੰ ਤਾਂ ਮੈਂ ਇੰਸਟਾਗ੍ਰਾਮ 'ਤੇ ਰੋਜ਼ ਪਾਊਂਗਾ ਲਿੰਕ, ਜਿੱਦਾਂ ਕਿ ਜਿਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਯੂਟਿਊਬ ਚੈਨਲ ਕਿਹੜਾ, ਉੱਥੇ ਰੋ ਲਿੰਕ 'ਤੇ ਓਪਨ ਕਰਕੇ ਸਬਸਕ੍ਰਾਈਬ ਕਰ ਲਓ। ਅਤੇ ਅੱਜ ਆਪਾਂ ਗੱਡੀ ਨੂੰ ਜਿੱਦਾਂ ਕਿ ਜਿੱਦਾਂ ਅੱਜ ਆਪਾਂ ਇਹਦੀ ਡਰਾਈ ਕਲੀਨ ਕਰਾਉਣ ਆਏ ਹਾਂ। ਡਰਾਈ ਕਲੀਨ ਗੱਡੀ ਇੰਨੀ ਜ਼ਿਆਦਾ ਗੰਦੀ ਹੋ ਗਈ ਸੀ ਨਾ, ਹੁਣ ਦੇਖਦੇ ਹਾਂ ਡਰਾਈ ਕਲੀਨ ਕਰਾ ਕੇ। ਆਪਾਂ ਆਪਣੇ ਯਾਰ ਦੋਸਤ ਦੀ ਦੁਕਾਨ 'ਤੇ ਹੀ ਆਏ ਹਾਂ। ਦੁਕਾਨ ਨਹੀਂ ਮਤਲਬ ਸ਼ੋਰੂਮ ਹੈ ਬਾਈ ਦਾ। ਅਤੇ ਆ ਬਾਈ ਹੈ, ਓਏ ਓਏ ਤੂੰ ਸਕਰੀਨ 'ਤੇ ਹੈ, ਓਏ ਓਏ ਤੂੰ ਸਕਰੀਨ 'ਤੇ ਹੈ। ਅਤੇ ਆ ਸਾਡਾ ਬਾਈ ਹੈ ਆਦੀਪ, ਆਦੀ ਰੋ ਸਰਵਿਸ ਸਟੇਸ਼ਨ ਦਾ। ਉਹ ਰੋਡ ਏਅਰਪੋਰਟ ਰੋਡ ਹੈ ਜੀ, ਏਅਰਪੋਰਟ ਰੋਡ ਦੇ ਉੱਪਰ ਹੀ ਹੈ ਜੀ, ਕਨੌਟ ਰੈਜੀਡੈਂਸੀ ਕੋਲ ਇਹਦਾ ਉਹ ਹੈ ਜੀ ਸ਼ੋਪ। ਤੇ ਆਖੋ ਬਾਈ ਪੂਰੀ ਕਿਸ ਕਿਸ ਚ ਬਾਈ? ਡੈਂਟਿੰਗ, ਪੇਂਟਿੰਗ, ਰਬਿੰਗ, ਪੋਲਿਸ਼, ਕੋਟਿੰਗ, ਸਭ ਕੁਝ। ਤੁਹਾਨੂੰ ਪਤਾ ਕਿਆ ਕਿਆ ਬੋਲਣਾ, ਸਭ ਕੁਝ ਹੈ ਬਾਈ। ਰਬਿੰਗ, ਪੋਲਿਸ਼, ਕੋਟਿੰਗ, ਕੋਟਿੰਗ ਸਾਰੀ ਕੁਝ ਕਰਦਾ, ਪੂਰੇ ਬਜਟ ਫ੍ਰੈਂਡਲੀ, ਪੂਰਾ ਜਿਹਨੇ ਪੂਰਾ ਵਧੀਆ ਡਿਜ਼ਾਈਨ ਹੈ ਜੀ। ਹੁਣ ਆਪਾਂ ਥੋੜ੍ਹਾ ਟਾਇਰ ਬਾਹਰ ਹੈ, ਚਲੋ ਕੋਈ ਚੱਕਰ ਨਹੀਂ, ਇਹਨਾਂ ਦਾ ਚੱਲਦਾ ਹੈ ਜੇ ਬੜੀ ਗੱਡੀਆਂ ਦੇ। ਚੱਲ ਅੱਗੇ ਅੱਗੇ ਵਧੇ, ਤੁਹਾਨੂੰ ਦਿਖਾਈ ਆਪਾਂ ਕਿੰਨਾ ਕੁ ਕਰਦਾ। ਅੱਖੋ ਬਾਈ ਨੇ ਆ ਘੋਸਲਾ ਫੜਿਆ ਵਾ ਜੀ, ਕੈਮੀਕਲ ਹੈ, ਦੜਾਦੜ ਸੀਟਾਂ ਉੱਪਰ ਮਾਰਨ ਲੱਗ ਗਿਆ ਵਾ। ਤੇ ਗੱਡੀ ਆ ਰੱਖੋ, ਇੱਧਰੋਂ ਚੈੱਕ ਕਰੋ ਐਨ ਮੀਰਾ ਫਿਨਿਸ਼ਿੰਗ। ਅੱਖੋ ਮੀਰਾ ਫਿਨਿਸ਼ਿੰਗ ਦੇਈ, ਫਿਨਿਸ਼ਿੰਗ ਦੇਈ ਸਾਰਾ, ਜਿੰਨੇ ਵੀ ਵੀਰੇ ਇੱਥੇ ਡਸਟ ਪਾਰਟੀਕਲ ਤੇ ਸਾਰੇ ਕੱਢਤੇ ਬਾਈ ਨੇ। ਆ ਬਾਈ ਘੋਸਲਾ ਲੈ ਕੇ ਫੇਰੀ ਜਾ ਰਿਹਾ, ਦੇਖੋ ਗੱਬੇ ਦਿਖਾ ਗੱਬੇ। ਆ ਪੂਲ ਬਣਾਇਆ ਵਾ ਇੱਕ, ਉੱਧਰੋਂ ਆਇਆ ਮੈਂ ਲੈ ਕੇ ਤੁਹਾਨੂੰ ਕੈਮਰਾ। ਇਹ ਆ ਹੁਣ ਠੀਕ ਹੈ, ਹੁਣ ਮੈਂ ਪੂਰਾ ਆ ਰਿਹਾ। ਗੱਡੀ ਖਾਸੀ ਉੱਚੀ ਹੋ ਗਿਆ, ਨਿਆਣੇ ਜਿੰਨੀ ਤਾਂ ਗੱਡੀ ਉੱਚੀ। ਹੈਲੋ ਕਰਦੇ, ਉਹ ਤੂੰ ਬਾਰ ਬਾਰ ਆਈ ਜਾਂਦਾ, ਹੈਲੋ ਨਹੀਂ ਕਰਦਾ ਵਿੱਚ ਮਾ। ਗੁੱਸਾ ਕਿਸ ਗੱਲ ਦਾ ਗੁੱਸਾ, ਕਿਸ ਗੱਲ ਦਾ ਗੁੱਸਾ ਯਾਰ? ਮੈਂ ਕੁਛ ਨੀ ਖਾਣਾ ਯਾਰ, ਓਨਲੀ ਡਰਿੰਕ। ਤੇ ਬਾਈ ਇੱਕੋ ਇੱਧਰ ਸਾਰਾ ਸਾਰਾ ਇੱਕ ਇੱਕ ਦਾਗ ਕਰਤਾ ਇੱਥੋਂ ਤੋਂ, ਪੂਰੀ ਬੰਬ ਡਰਾਈ ਕਲੀਨ ਕਰੀ ਹੈ। ਆਪਣਾ ਨਾਮ ਦੱਸ ਦੇ। ਮੇਰਾ ਨਾਮ ਹੈ ਚਿੰਟੂ। ਚਿੰਟੂ ਇੰਸਟਾਗ੍ਰਾਮ ਹੈਗਾ? ਨਹੀਂ। ਫਿਰ ਕਹਾਂ ਹੈ ਕਿਆ, ਫੇਸਬੁੱਕ ਚਲਾਤਾ ਹੈ? ਫੇਸਬੁੱਕ ਮੇਰੇ ਪਾਸ ਫੋਨ ਹੀ ਨਹੀਂ ਹੈ। ਓਹੋ, ਚੱਲ ਕੋਈ ਨਾ, ਰੱਬ ਰੱਖੇ ਮਿਹਰ, ਤੈਨੂੰ ਰੱਬ ਛੇਤੀ ਛੇਤੀ ਫੋਨ ਦਵਾਏ ਕੰਮਾਂ ਕਾਰਾਂ ਕਰਕੇ। ਉਹ ਕੱਪੜੇ ਦੇ ਯਾਰ, ਕੱਪੜਾ ਖੋ ਬਾਈ। ਅੱਜ ਆਪਾਂ ਵੀਰੇ ਦੋ ਗੱਡੀਆਂ ਡਰਾਈ ਕਲੀਨ ਕਰਨੀਆਂ, ਇੱਕ ਤਾਂ ਆਪਣੀ ਹੋ ਗਈ, ਇੱਕ ਉਹ ਗੱਡੀ ਆਪਣੀ ਜਿਪਸੀ ਜਿਪਸੀ ਨਹੀਂ ਬਿੱਲੀ ਬਿੱਲੀ ਹਾਂ ਬਿੱਲੀ ਹੈ। ਮਹੀਨਾ ਹੋ ਗਿਆ ਵੀ ਆਪਣੇ ਕਢਾਈ ਵਿੱਚ, ਆਪਣੀ ਜਮ੍ਹਾਂ ਨਹੀਂ, ਮਤਲਬ ਇੰਨੀ ਗਰਮੀ 'ਚ ਤਾਂ ਜਮ੍ਹਾਂ ਨਹੀਂ ਚਲਾਉਣ ਦਾ ਮਨ ਕਰਦਾ, ਪਰ ਅੱਜ ਕੱਲ੍ਹ ਵਿੱਚ ਵਿੱਚ ਇੱਦਾਂ ਸੋਚਦੇ ਕਿ ਵੇਚ ਵੀ ਦੀਏ, ਪਰ ਜੇ ਇੱਕ ਵਾਰ ਇੱਕੀ ਵਾਰ ਚੀਜ਼ ਬਣਦੀ ਹੈ, ਦੁਬਾਰਾ ਬਣਦੀ ਨਹੀਂ। ਕਿਉਂ ਹੁਣ ਖੜੀ ਆ, ਖੜੀ ਰਹਿਣ ਦਿਉ, ਕਦੇ ਕਦੇ ਕੱਢਦੇ ਹਾਂ ਗਰਮੀ ਕਰਕੇ, ਬਾਕੀ ਦੇਖਦੇ ਹਾਂ। ਅੱਜ ਵੀ ਕੁਛ ਨਵਾਂ ਨਵਾਂ ਕਰਾਉਂਗੇ, ਹੁਣ ਤਾਂ ਆਪਣੀ ਸਕੋਰਪੀਓ 26 ਇੰਚੀ ਪਏ ਤੇ ਤਾਜ਼ਾ ਵੀਰੇ 10-15 ਦਿਨ ਹੀ ਹੋਏ ਆ। ਦੇਖੋ ਆ ਪੂਰੀ, ਦੇਖੋ ਖਤਰਨਾਕ ਲੁੱਕ ਯਾਰ। ਇਹ ਹੱਥ ਆ ਜਾਂਦਾ ਮਾੜਾ ਜਿਹਾ ਨਾ, ਮੈਂ ਨਵਾਂ ਨਵਾਂ ਸ਼ੁਰੂ ਕਰਿਆ, ਹੱਥ ਆ ਜਾਂਦਾ। ਅਤੇ ਬਾਕੀ ਦੇਖਦੇ ਹਾਂ ਗੱਡੀ ਦੀ ਆਪਣੀ ਕਟਿੰਗ ਵਟਿੰਗ ਕਰਾ ਕੇ, ਸਾਰੀ ਕਟਿੰਗ ਨਹੀਂ ਕਰਾਈ, ਕਟਿੰਗ ਕਰਾਈ ਆ ਬਾਈ। ਆ ਥੋੜ੍ਹਾ ਜਿਹਾ ਇੱਥੇ ਤੋਂ ਲੱਗਦਾ ਆਪਾਂ ਨੇ ਨੱਟ ਗਰਮ ਕਰਾ ਕੇ ਨੱਟ ਕਰ ਦੇਣਾ। ਅਤੇ ਹੁਣ ਬਾਈ ਧੋਣੀ ਵੀ ਆ, ਪਰ ਹੁਣ ਵੀ ਆਪਾਂ ਆਪਣੀ ਸ਼ਕਲ ਵਿੱਚ ਦੇਖ ਸਕਦੇ ਹਾਂ। ਅਤੇ ਪੁਰਾਣਾ ਚੈਨਲ ਆਪਾਂ ਨੇ ਤਾਂ ਬੰਦ ਕਰਤਾ, ਉਹਦੇ ਸਾਡੇ ਨਾਲ ਸਬਸਕ੍ਰਾਈਬਰ ਤਾਂ ਚਲੋ ਠੀਕ, ਅਤੇ ਚੈਨਲ ਹੀ 5-6 ਸਾਲ ਪੁਰਾਣਾ ਦਾ ਤਾਂ। ਕਹਿੰਦੇ ਮੇਰੇ ਯੂਟਿਊਬ ਇੱਕ ਬਲੌਗਰ ਹੈ, ਮਤਲਬ ਯੂਟਿਊਬਰ ਹੈ, ਉਹਨੇ ਮੈਨੂੰ ਦੱਸਿਆ ਤਾਂ ਕਹਿੰਦਾ ਜੀ ਤੇਰਾ ਚੈਨਲ 4-5 ਸਾਲ ਪੁਰਾਣਾ, ਤਾਂ ਉਹ 'ਚ ਨਾ ਟਾਈਮ ਵੇਸਟ ਕਰ, ਨਵਾਂ ਚੈਨਲ ਬਣਾ, ਨਵੇਂ ਚੈਨਲ ਤੋਂ ਵਿੱਚ ਵਿੱਚ ਜਿੱਦਾਂ ਇੱਕ ਸਾਲ ਦੇ ਵਿੱਚ ਕਿੰਨੇ ਕੁਛ ਕਰਦੇ ਹੁੰਦੇ ਆ। ਅਤੇ ਬਾਈ ਥੈਂਕ ਯੂ, ਬਹੁਤ ਬਹੁਤ ਥੈਂਕ ਯੂ। ਮੇਰੀ ਪਹਿਲੀ ਵੀਡੀਓ ਹੁਣੀ ਆਉਣੀ ਹੈ, ਅਤੇ ਤੂੰ 250 ਸਬਸਕ੍ਰਾਈਬਰ ਹੋ ਚੁੱਕਿਆ ਹੈ ਵਿਦਆਊਟ ਐਨੀ ਵੀਡੀਓ। ਮੈਂ ਜਿੱਦਾਂ ਕਿ ਇੰਸਟਾਗ੍ਰਾਮ 'ਤੇ 2 ਵਾਰ ਪਾਇਆ ਤਾਂ 250-300 ਸਬਸਕ੍ਰਾਈਬਰ ਤੁਸੀਂ ਕਰਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਅੱਗੇ ਵੀਡੀਓ ਆ ਇੱਦਾਂ ਹੀ ਸੋਹਣੀ ਸੋਹਣੀ ਵੀਡੀਓ ਪਾਉਂਗੀ, ਜਿੱਦਾਂ ਸਾਰੇ ਪਾਉਂਦੇ ਆ, ਆਪਾਂ ਵੀ ਪੰਗਾ ਲੈ ਕੇ ਦੇਖ ਲਈਏ। ਅਤੇ ਆਹ ਦੇਖੋ ਜੀ, ਖੜ ਕੇ ਦੇਖ ਦੇਵਾ ਨਾ, ਉਹ ਮੁੰਡੇ ਭੰਗੜਾ ਪਾਉਂਦੇ ਨੇ ਅਤੇ ਸਾਡੇ ਸਾਹਮਣੇ ਹਾਜ਼ਰ ਹੈ ਮਿਲਣ, ਜੋ ਕਿ ਸਾਡੇ ਸਾਹਮਣੇ ਕਰਨ ਜਾ ਰਹੇ ਹਾਂ ਦੋ ਟਾਕੀਆਂ ਹੋ ਗਿਆ ਵੀਰੇ। ਦੇਖੋ ਚਮਕ ਪੂਰੀ ਪਾਤੀ ਪਏ ਨੇ, ਹਲੇ ਤਾਂ ਬਾਅਦ ਜਾਂ ਪੋਲਿਸ਼ ਪਾਣੀ ਫਿਰ ਦੇਖੀ। ਪੱਪੀ ਕਹਿੰਦੇ ਦਾ ਮਨ ਕਰਦਾ, ਪੱਪੀ ਪੱਪੀ ਕਹਿੰਦੇ ਦਾ ਮਨ ਕਰਦਾ। ਆ ਬਾਈ ਪਿੱਛੇ ਨਹੀਂ ਦਿਖਾਉਣਾ, ਬਾਈ ਪਿੱਛੇ ਨਹੀਂ ਦਿਖਾਉਣਾ, ਪਿੱਛੇ ਨਹੀਂ ਦਿਖਾਉਣਾ। ਅੰਦਰ ਹੋ ਗਏ ਬਾਈ, ਉਹ ਬਾਈ ਚਾਬੀ ਉਹਦੇ ਡੈਸ਼ਬੋਰਡ ਦੇ ਉੱਪਰ,
ਸਾਡੇ ਬਾਈ ਲੋਕ ਪਹੁੰਚੇ ਆ ਮੈਨੂੰ ਆਪਣੇ ਵੀਰ ਦਾ ਮੈਨੂੰ ਮਿਲਣ ਵਾਸਤੇ ਬਾਈ ਆਏ ਹਾਂ ਲੋਕ ਤੇ ਖਾਲੀ ਆਪਣੇ ਵੀਰ ਦਾ ਕਰਾਂਗੇ ਬਾਈ ਦਿਖਾਤਾ ਵੀ ਦਿਖਾਤਾ ਕੱਦੀ ਪ੍ਰਮੋਸ਼ਨ ਹੀ ਕਰ ਰਹੇ ਕਿ ਫ੍ਰੀ ਜੇ ਹੋ ਜੇ ਫ੍ਰੀ ਚੋ ਰਹੇ ਵੈਸੇ ਬਾਈ ਚਾਰ ਵਾਰ ਬੋਲਦਾ ਬਾਈ ਜੇ ਉਹਦੇ ਬਾਅਦ ਸਟੇਸ਼ਨ ਤੇ ਬਾਈ ਪਿੰਚ ਕਰਕੇ ਦੰਗਾ ਠੀਕ ਹੈ ਨਾ ਗੱਡੀ ਲੱਗ ਗਈ ਬਾਈ ਵਾਸ਼ਿੰਗ ਤੇ ਆ ਗਿਆ ਆਪਣਾ ਬਾਈ ਇੱਥੇ ਨਾ ਮਾਰੀ ਇੱਥੇ ਨਾ ਮਾਰੀ ਇਹਦੇ ਵਿੱਚ ਨਾ ਮਾਰੀ ਅੰਦਰੋਂ ਠੀਕ ਹੈ ਵੀਡੀਓ ਦੀ ਪੂਰੀ ਪਲੈਨਿੰਗ ਪੂਰੀ ਕੱਛਾ ਕੁਛਾ ਟਾਈਟ ਕਰ ਲਿਆ ਬਾਈ ਨੇ ਉਹਦੇ ਮਾਂ ਬੂਆ ਚੜਾ ਲਈਆਂ ਤੇਰੇ ਪ੍ਰਤੀ ਗੀਤਾ ਖੜੇ ਆ ਏਦਾਂ ਕਰਕੇ ਏਦਾਂ ਕਰਕੇ ਗੋਲੀ ਚੱਲ ਗਈ ਇਹ ਗੋਲੀ ਚੱਲ ਜਾਂਦੀ ਹੈ ਸ਼ਰਾਰਤੀ ਅੰਸਰ ਆ ਗਏ ਸ਼ਰਾਰਤੀ ਅੰਸਰ ਉਹ ਖੜੇ ਫੋਟੋ ਸ਼ੂਟ ਸ਼ੁਰੂ ਧੁੱਪ ਬੜੀ ਤੇਜ਼ ਆਇਆ ਗਰਮੀ ਟਾਇਰ ਮੋਟੋ ਕਰਤੀ ਗਰਮੀ ਗਰਮੀ ਹੋ ਗਿਆ ਪੂਰੇ ਹੁਣ ਆਪਾਂ ਚੱਲੇ ਕਿਆ ਲੈਣ ਬਈ ਪਾਣੀ ਦੀ ਬੋਤਲ ਠੰਡੀ ਦੀ ਬੋਤਲ ਲੈਣ ਚੱਲੇ ਗਰਮੀ ਪੂਰੀ ਹੋ ਗਈ ਯਾਰ ਸਕਲ ਤਾਂ ਦੇਖੋ ਕਿਆ ਨਾਸ ਵੱਜਿਆ ਪੀਅਰ ਸੋਪ ਦੀ ਨਵੀਂ ਟਿੱਕੀ ਖੋਲ ਕੇ ਬਾਈ ਮੈਂ ਮੂੰਹ ਧੋਇਆ ਤਾਂ ਪਿਆ ਹੁਣ ਦਾਲ ਮੱਖਣੀ ਆ ਗਿਆ ਹੋਇਆ ਬਾਈ ਮੈਂ ਬਾਈ ਪੰਨੀ ਬਾਈ ਯਾਰ ਗਰਮੀ ਸਾਬਣ ਕਿਹੜਾ ਯੂਜ਼ ਕਰੇਗਾ ਬਾਈ ਦੱਸ ਦੇ ਵੀ ਕਰਮਾਇਨ ਕਰ ਦੇ ਜੋ ਵੀ ਹੁੰਦਾ ਰਿਕਮੈਂਡ ਬਾਈ ਮੈਂ ਤਾਂ ਡੱਬ ਕਰ ਰਿਹਾ ਡੱਬ ਕਿਆ ਡੱਬ ਪਸਤੋਂ ਡੱਬ ਨਹੀਂ ਬਾਈ ਡੱਬ ਅਰੇ ਉਹ ਯਾਰ ਉਹ ਤਾਂ ਪੂਜਾ ਲਾਉਂਦੀ ਆ ਬਾਈ ਸਮੈਲ ਫਿਰ ਵਧੀਆ ਚਾਹੀਦੀ ਆ ਖੁਸ਼ਬੂ ਬਾਈ ਖੁਸ਼ਬੂ ਖੁਸ਼ਬੂ ਨਾਲ ਤਾਂ ਬਾਈ ਤੁਹਾਨੂੰ ਨੈਗੇਟਿਵ ਆ ਗਿਆ ਬਾਈ ਖੁਸ਼ਬੂ ਚਾਹੀਦੀ ਆ ਖੁਸ਼ਬੂ ਯਾਰ ਤੂੰ ਕਾਹੀ ਗੱਲਾਂ ਕਰਦੇ ਯਾਰ ਬਾਈ ਇਹਨੂੰ ਬਾਈ ਖੁਸ਼ਬੂ ਸਮੈਲ ਚਾਹੀਏ ਖੁਸ਼ਬੂ ਤੇ ਸਮੈਲ ਵੀ ਦੋ ਗੋਲੀ ਚਾਹੀਦੀ ਆ ਨਾ ਬਾਈ ਖੁਸ਼ਬੂ ਮੈਂ ਕਿ ਤੂੰ ਕੁੜੀ ਬਣ ਲੈ ਕੇ ਜਾ ਰਹੇ ਨਾ ਨਾ ਮੈਂ ਫ੍ਰੈਗਰੈਂਸ ਚਾਹੀਦੀ ਆ ਹਾਂ ਫ੍ਰੈਗਰੈਂਸ ਤੇ ਡਬਲ ਆ ਯੈਸ ਹੁਣ ਆਪਾਂ ਪਾਣੀ ਦੀ ਬੋਤਲ ਲੈਣਾ ਹੈ ਤੇ ਵੈਸੇ ਆ ਮੇਰਾ ਬਾਈ ਆ ਆਪਣੇ ਬਾਈ ਦਾ ਨਾਮ ਤਾਂ ਪਿੱਛੇ ਪਿੱਛੇ ਤੋਂ ਚੱਕ ਫਿਰ ਮੈਂ ਕਹਿੰਦਾ ਡਿਊ ਪੀ ਲਈ ਡਿਊ ਪੀ ਲੈਂਦੇ ਯਾਰ ਠੰਡੀ ਦੀ ਵੀ ਲੱਗ ਗਈ ਕਿ ਮੈਂ ਕਹਿੰਦਾ ਯਾਰ ਇਹ ਬਿਠਾ ਦੇ ਠੰਡੀ ਪਿੱਛੇ ਤੋਂ ਕੱਢ ਲਓਗੇ ਇੱਕ ਹੋਰ ਇਹਨੂੰ ਥੱਲੇ ਰੱਖ ਦੇ ਅਭੀ ਨਹੀਂ ਲੱਗ ਰਹੀ ਠੰਡੀ ਇੱਕ ਹੋਰ ਕੱਢ ਲੈ ਅਭੀ ਨਹੀਂ ਲੱਗ ਰਹੀ ਯਾਰ ਫੇਰੀ ਚੱਕ ਨਾ ਇੱਕ ਹੋਰ ਕੱਢ ਲੈ ਅਭੀ ਨਹੀਂ ਲੱਗ ਰਹੀ ਬਈ ਕੋਈ ਠੰਡੀ ਨਹੀਂ ਹੈ ਉਹ ਤੋਂ ਪਿੱਛੇ ਵੀ ਨਹੀਂ ਹੈਗੀ ਇਹਨੇ ਫਿਰ ਜੋ ਹੁਣ ਨਹੀਂ ਹੁਣ ਕਰਿਆ ਆ ਬਈ ਪਾਣੀ ਦੀ ਬੋਤਲ ਠੀਕ ਹੈ ਕੋਈ ਹੋਰ ਦੇ ਰਹੀ ਠੰਡੀ ਹੈ ਬਾਈ ਪਾਣੀ ਦੀ ਬੋਤਲ ਲੈ ਲਈ ਹੁਣ ਚੱਲੀਏ ਚਾਬੀ ਚਾਬੀ ਸਲਿਪ ਹੋ ਗਿਆ ਤਾਂ ਚਲੇ ਗਿਆ ਸਾ ਕਿਸੇ ਕੋ ਨਹੀਂ ਬਾਈ ਗਰਮੀ ਬਹੁਤ ਹੈ ਗਰਮੀ ਨਾ ਚਿੜਚਿੜੀ ਜੀ ਯਾਰ ਪਤਾ ਨਹੀਂ ਅੱਜ ਕਿੰਨੀ ਕੁ ਗਰਮੀ ਹੈ ਯਾਰ
ਲੋ ਜੀ ਪਾਣੀ ਦੀ ਬੋਤਲਾਂ ਚੱਕ ਲਈ ਆਪਾਂ ਨੇ ਬਾਈ ਦੇ ਹੱਥ ਚ ਹੁਣ ਚੱਲੇ ਆਪਾਂ ਆਪਣੀ ਸ਼ਾਪ ਤੇ ਦੁਬਾਰਾ ਓਹੋ ਹੋ ਰੌਂਗ ਸਾਈਡ ਆਪਾਂ ਰੌਂਗ ਸਾਈਡ ਆ ਬਾਈ ਆਂਟੀ अपने मित्र बैठे हूं आप पहुंच गए शॉप गड्डी लाके माड़ी जी अंदर करके गड्डी इस तरह पानी मिला लूंगे चलो जी छा तो आप गड्डी मिला दी मेरी बुक गड्डी करती भाई रेडी मिस्त्री अपना नचदा ਜੀ ਪੰਜਾਬ ਦੀ ਆਨ ਬਾਨ ਸ਼ਾਨ ਸਾਡੇ ਸਾਹਮਣੇ ਹਾਜ਼ਰ ਹੈ ਤੇ ਭਾਜੀ ਨੱਕ ਮੰਗਾ ਨੂੰ ਮਾਰਦਾ ਬਈ ਇਹ ਵਾਈਡ ਹੈ ਨਾ ਤਾਂ ਪੂਰਾ ਸਟਰਕਚਰ ਆ ਰਿਹਾ ਬਈ ਸਵੇਰੇ ਕਿੱਥੇ ਸਭ ਉੱਗੇ ਮੈਂ ਬਈ ਯਾਰ ਗਿਆ ਹੋਇਆ ਸਮ ਵਾਕ ਦੇ ਉੱਪਰ ਗਿਆ ਵਾ ਸੀ ਤੇ ਪਿੱਛੇ ਬਾਈ ਵੀ ਨਹੀਂ ਸੀ ਬਾਈ ਦਾ ਸਲੀਪ ਮੋਡ ਦੇ ਰਿਹਾ ਉਹ ਫਲਾਈਟ ਮੋਡ ਹੁੰਦਾ ਨਾ ਬਈ ਫਲਾਈਟ ਮੋਡ ਚੜਾ ਕੇ ਲਾਜ਼ਾ ਬਈ ਗੱਡੀ ਰੈਕਲਿੰਗ ਕਰਾ ਕੇ ਤਾਂ ਆਤੂ ਕੇ ਲਾਇਆ ਤੇ ਹੁਣ ਬਾਈ ਮਾੜਾ ਜਾਇਆ ਦਾ ਲੋ ਜੀ ਦੁਬਾਰਾ ਚੱਲੇ ਕਿਸੇ ਮੇਰੇ ਬਾਈ ਦੀ ਰੈਫਰੈਂਸ ਤੋਂ ਇੰਟਰਵਿਊ ਦੇਣਾ ਗੱਡੀ ਦਾ ਜੀ ਚੱਲੀ ਐ ਲਾ ਲਾਤੀ ਆਪਣੇ ਚਾਬੀ ਕਰਤੇ ਟੱਕਰਾਂ ਹੁਣ ਚੱਲਦੇ ਆਪਾਂ ਇੰਟਰਵਿਊ ਦੇਣ ਉਸ ਤੋਂ ਬਾਅਦ ਜਾਣਾ ਆਪਾਂ ਜਿਮ ਵੀ ਜਾਣਾ ਹੈ 7 ਦਿਨ ਹੋ ਗਏ ਭਾਜੀ ਆ ਭਾਜੀ ਕਹਿ ਰਿਹਾ ਜੋ ਵੀ ਦੋ ਵੀ ਕੋਈ ਦੇਖ ਰਿਹਾ ਹੈ ਆ ਦੇਖੋ ਬਾਈ 26 ਇੰਚ ਦਾ ਉਹ ਪ੍ਰੋਫਿਟ ਪ੍ਰੋਫਿਟ ਜੋ ਵੀ ਕਹਿ ਕਹਿੰਦੇ ਆਪਾਂ ਜਿਮ ਵਾਲੇ ਆ ਗਿਆ ਡਾਈਟ ਲੈਣ ਤੇ ਬਾਈ ਨੇ ਪੀ ਲਿਆ ਪ੍ਰੋਟੀਨ ਸ਼ੇਕ ਫੈਂਟਾ ਪ੍ਰੋਟੀਨ ਸ਼ੇਕ ਹੁਣ ਦੇਖੋ ਮਸਲ ਕਿਹੜਾ ਲੈਣਾ ਅੱਜ ਅੱਜ ਲੈਣਾ ਬਾਈ ਇਹਨਾਂ ਦਾ ਮੀਮ ਚੈੱਕ ਕਰ ਫ੍ਰੀ ਵਰਕਆਊਟ ਬਰਗਰ ਇੱਧਰ ਫ੍ਰੀ ਵਰਕਆਊਟ ਬਾਈ ਦੇਸੀ ਕੀ ਉਹ ਬਰਗਰ ਬਈਆ ਉਹ ਆ ਬਈ ਉਹ ਦਿਖਾ ਦੇ ਪ੍ਰੋਟੀਨ ਸ਼ੇਕ ਸ਼ੇਕ ਕਰਕੇ ਨਾ ਬਾਈ ਗੈਸ ਨਿਕਲ ਗਿਆ ਇਸ ਕੀ ਆ ਇਸ ਕੀ ਬਾਈ ਬਈ ਹੁਣ ਅਸਾਂ ਜਿਮ ਚ ਮਿਲਦੇ ਆ ਬਾਈ ਅੱਜ ਜਿਮ ਚ ਮਿਲਦੇ ਆ ਬਾਈ ਕਰਦੇ ਬਾਈ ਲੋ ਜੀ ਹੁਣ ਆਪਾਂ ਤਿਆਰ ਤਿਉਰ ਹੋ ਕੇ ਤਿਆਰ ਤੱਕ ਨਹਾ ਧੋ ਕੇ ਹੁਣ ਆਪਾਂ ਚੱਲੇ ਜਿਮ ਨੂੰ ਇਹ ਘੜੇ ਬਣੀ ਦਾਣੀ ਸੁੰਦਰ ਹੁਣ ਜਿਮ ਜਿਮ ਚੱਲੂਗੇ ਦੇਖਦੇ ਹਾਂ ਤੇ ਐਕਸਰਸਾਈਜ਼ ਵਗੈਰਾ ਲਾਈਏ ਘੰਟਾ ਆ ਘੰਟਾ ਤਾਂ ਨਹੀਂ ਜਾਵੇ ਹੋ ਗਿਆ ਦੋ ਘੰਟੇ ਆ ਦੇਖੋ ਜੀ ਕੁਝ ਨਹੀਂ ਕਹਿੰਦੀ ਪੱਪੀ ਕਰ ਦੋ ਉਹ ਤੂੰ ਇਸ ਕੋ ਵੀ ਕਰ ਦੋ ਜਿਮ ਵਾਸਤੇ ਆ ਗਿਆ ਹਾਂ ਹੈ ਉਹ ਭਾਈ ਇਹਨਾਂ ਦੇਖ ਆਪਣੀ ਮਸਤੀ ਮਾਰ ਕੇ ਆਇਆ ਨਾ ਘੰਟੇ ਬਾਅਦ ਉੱਠ ਕੇ ਆ ਗਿਆ ਇਹ ਹੋਰ ਗਿਆ ਹੁਣ ਕਿੰਨਾ ਮੋਟੋ ਮਸਤੀ ਮਾਰ ਰਿਹਾ ਇਹ ਮੋਟੋ ਇਹ ਮੋਟੋ जिम करके डन हूं पेट पूजा करना जिम ला के सारे YouTube वाले सारे ਇਹਨੂੰ ਤੁਸੀਂ ਸਿਸਟਮ ਦਾ ਆ ਜਾਓ ਆਪਣਾ ਸਿਸਟਮ ਦਾ ਸਾਡੇ ਇਹਨੂੰ ਇਹਦਾ ਕੀ ਨਾਮ ਹੈ ਬੈਗ ਕੀ ਚੱਕ ਲੈ ਆਏ ਬੈਗ ਕੀ ਚੱਕ ਲੈ ਚਪੜੇ ਇੰਨੇ ਚਪੜੇ ਪੈਣਗੇ ਨਾ ਸਾਰਾ ਕੰਮ ਕਰ ਗੁਰੂ ਖੁਣਾ ਆਪਾਂ ਪਹੁੰਚ ਗਏ ਕਰ ਤੇ ਰਾਤ ਦੇ ਵੱਜ ਗਏ ਐ 11 ਤੇ ਆਪਾਂ ਆਪਣਾ ਵਲੌਗ ਇੱਥੇ ਐਂਡ ਕਰਦੇ ਆ ਤੇ ਤੁਹਾਨੂੰ सब सारा का बहुत बहुत धन्यवाद आप ब्लॉग देखने वास्ते प्लीज़ चैनल में सबसक्राइब कर लियो जी तो इदा ही आप नवे नवे ब्लॉग लेके आएंगे थोड़े वास्ते तो इदा ही साढ़े नाल बने रहो मिलते हैं अगले ब्लॉग